ਗਲੂ ਦੇ ਆਣਾ ਤੇ ਪਿੰਡ ਮਾਜਰੀ ਕੋਲ ਪਹੁੰਚੇ ਆ ਜੀ ਜਿੱਥੇ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਲਗਾਤਾਰ ਪਿੰਡਾਂ ਵਿੱਚੋਂ ਟਰਾਲੀਆਂ ਪਰ ਪਰ ਕੇ ਜਾ ਰਹੀਆਂ ਨੇ ਕਿਉਂਕਿ ਕਿਸਾਨਾਂ ਦਾ ਮੁੱਖ ਕਾਰਨ ਜੋ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਹੈ ਮੋਦੀ ਸਰਕਾਰ ਉਹਨਾਂ ਨੂੰ ਵਾਪਸ ਕਰਾਉਣਾ ਪਰ ਹਜੇ ਤੱਕ ਸਰਕਾਰ ਨੇ ਕੋਈ ਵੀ ਇਸ ਬਾਰੇ ਕੋਈ ਠੋਸ ਫੈਸਲਾ ਨਹੀਂ ਦਿੱਤਾ ਤਾਂ ਪਿੰਡਾਂ ਵਿੱਚੋਂ ਲਗਾਤਾਰ ਟਰਾਲੀਆਂ ਜਾ ਰਹੀਆਂ ਨੇ ਗੱਡੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਮਾਜਰੀ ਪਿੰਡ ਵਿੱਚ ਵੀ ਜਾ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਕਿਸਾਨਾਂ ਨਾਲ ਸਤਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਵੀਰ ਜੇ ਤੂੰ ਇੱਥੇ ਆ ਜਾ ਰਹੇ ਹੋ ਕੀ ਕਰਨਾ ਚਾਹੋ ਨੇ ਅਸੀਂ ਧੰਨਵਾਦ ਕਰਦੇ ਆ ਜੀ ਤੁਹਾਡੇ ਨਿਊਜ਼ ਚੈਨਲ ਦਾ ਆਰ ਜੀ 24 ਦਾ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਆ ਕੇ ਸਾਡੇ ਨਾਲ ਸਹਿਯੋਗ ਦਿੱਤਾ ਜੀ ਅਸੀਂ ਸਾਡੇ ਪਿੰਡ ਵਾਸੀਆਂ ਦੀ ਸਾਰਿਆਂ ਦੀ ਇਕੱਠੇ ਹੋ ਕੇ ਸਾਰਿਆਂ ਨੇ ਸੇਵਾ ਕੀਤੀ ਆ ਜੀ ਤੇ ਬਾਹਰਲੇ ਸਾਨੂੰ ਐਨ ਆਰ ਆਈ ਵੀਰ ਬਹੁਤ ਸਹਿਯੋਗ ਦਿੰਦੇ ਨੇ ਅੱਜ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਕਿਸਾਨ ਧਰਨੇ ਦੇ ਵਿੱਚ ਜੋ ਸਾਡਾ ਅੰਦੋਲਨ ਚੱਲ ਰਿਹਾ ਜੀ ਸਾਡੇ ਪਿੰਡ ਦੇ ਪਹਿਲਾਂ ਹੀ ਸਾਡੇ ਪਿੰਡ ਦੇ ਤਲਵੰਡੀ ਦੇ ਸਾਰੇ ਪਿੰਡਾਂ ਦੇ ਜਿਸ ਦਿਨ ਤੋਂ ਧਰਨਾ ਲੱਗਿਆ ਉਸ ਦਿਨ ਤੋਂ ਉੱਥੇ ਬੈਠੇ ਨੇ ਤੇ ਜੋ ਵੀ ਲੰਗਰ ਪਾਣੀ ਦਾ ਹੋਰ ਸਮਾਨ ਜਿਹੜੀ ਸਾਤੋਂ ਪਿੱਛੋਂ ਸੇਵਾ ਹੋ ਰਹੀ ਆ ਅਸੀਂ ਉਹਨਾਂ ਦੀ ਨਾਲ ਦੀ ਨਾਲ ਸੇਵਾ ਕਰ ਰਹੇ ਆ ਜੀ ਤੇ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਆ ਵੀ ਇਹ ਜੋ ਤਿੰਨ ਕਾਲੇ ਕਾਨੂੰਨ ਆ ਵੀ ਸਾਡੇ ਹੱਕ ਵਿੱਚ ਨਹੀਂ ਪਰ ਮੋਦੀ ਸਰਕਾਰ ਕਹਿ ਰਹੀ ਆ ਵੀ ਕਿਸਾਨ ਤਾਂ ਇਦਾਂ ਹੀ ਰੌਲਾ ਪਾ ਰਹੇ ਆ ਵੀ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਵਾ ਇਹ ਬਿਲਕੁਲ ਮੋਦੀ ਸਰਕਾਰ ਗਲਤ ਕਹਿ ਰਹੀ ਆ ਜੀ ਇਹ ਬਿਲਕੁਲ ਕਾਲੇ ਕਾਨੂੰਨ ਆ ਕਿਸਾਨਾਂ ਦੇ ਖਿਲਾਫ ਆ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਜੂਪੀ ਬਿਹਾਰ ਦਾ ਦੇਖ ਲਓ ਉਹਨਾਂ ਨੇ ਕੀ ਹਾਲ ਕੀਤਾ ਹੋਇਆ ਉਹੀ ਹਾਲ ਇਹਨੇ ਪੰਜਾਬ ਦਾ ਕਰਨ ਨੂੰ ਮੰਗਦੇ ਆ ਕਰਨਾ ਇਹਨਾਂ ਨੇ ਤੇ ਜਿੰਨਾ ਚਿਰ ਇਹ ਕਾਲੇ ਕਾਨੂੰਨ મોદી ਵਾਪਸ ਨਹੀਂ ਕਰੂਗਾ ਉਹਨਾਂ ਚਿਰ ਉੱਥੋਂ ਅਸੀਂ ਵਾਪਸ ਨਹੀਂ ਆਵਾਂਗੇ ਹੁਣ ਇੱਕ ਦਿਨ ਟੀਵੀ 'ਚ ਚੱਲ ਰਿਹਾ ਸੀਗਾ ਵੀ ਕਹ ਗਿਆ ਜਾਰ ਰਿਹਾ ਸੀ ਸਰਕਾਰ ਬੋਲੀ ਵੀ ਕੁਝ ਕਿਸਾਨਾਂ ਦੇ ਨਾਲ ਦਿਖਾਰਾ ਸੀ ਟੀਵੀ ਦੇ ਵਿੱਚ ਤੇ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਗੱਲ ਮੰਨ ਲਈ ਪਰ ਇਹ ਪੰਜਾਬ ਵਾਲੇ ਜਾਂ ਹਰਿਆਣਾ ਵਾਲੇ ਕਿਉਂ ਨਹੀਂ ਗੱਲ ਮੰਨ ਰਹੇ ਨਹੀਂ ਜੀ ਨਹੀਂ ਕੋਈ ਕਿਸਾਨ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਉਹ ਸਿਰਫ ਉਹਨਾਂ ਦੇ ਆਪ ਦੇ ਹੀ ਬੰਦੇ ਨੇ ਉਹਨਾਂ ਨੂੰ ਆਪ ਹੀ ਮੋਹਰੇ ਲਾ ਕੇ ਬਸ ਕੂੜ ਪ੍ਰਚਾਰ ਕਰਵਾ ਰਹੇ ਆ ਜਿਹੜੇ ਕਿਸਾਨ ਨੇ ਇਹ ਕਿਸਾਨ ਕਦੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਊਗਾ ਵੀ ਅਸੀਂ ਉਹ ਕਾਨੂੰਨ ਸਹੀ ਨਹੀਂ ਉਹ ਬਿਲਕੁਲ ਸਾਰਾ ਸਾਰ ਗਲਤ ਆ ਜੀ ਜਿੰਨਾ ਚਿਰ ਉਹ ਵਾਪਸ ਨਹੀਂ ਕਰਦਾ ਜਿਹੜਾ ਅਸਲੀ ਕਿਸਾਨ ਆ ਉਹ ਉਥੋਂ ਵਾਪਸ ਨਹੀਂ ਆਊਗਾ ਜੀ ਜਿਸ ਤਰ੍ਹਾਂ ਕਈ ਵਾਰੀ ਇਲਜ਼ਾਮ ਵੀ ਲਾਏ ਜਾਂਦੇ ਆ ਕਹਿੰਦੇ ਵੀ ਖਾਲਸਤਾਨ ਵਾਲੇ ਬੈਠੇ ਆ ਜਾਂ ਇਹ ਕਹ ਰਿਹਾ ਵੀ ਇਹ ਤਾਂ ਆਪਣੇ ਸਰਕਾਰੀ ਬੰਦਿਆ ਕਾਂਗਰਸ ਦੇ ਬੰਦੇ ਬੈਠੇ ਆ ਕਾਂਗਰਸ ਨੇ ਉਹਨਾਂ ਨੂੰ ਬਿਠਾਇਆ ਹੋਇਆ ਵਾ ਤੇ ਵੀ ਇਹ ਕਿਸਾਨ ਨਹੀਂ ਹੈਗੇ ਵੀ ਅਸਲੀ ਕਿਸਾਨ ਨਹੀਂ ਹੈਗੇ ਦੇਖੋ ਜੀ ਇਹ ਕੋਈ ਉਹਦੇ ਚ ਉਹ ਗੱਲ ਨਹੀਂ ਹੈਗੀ ਕੋਈ ਸਰਕਾਰੀ ਨਹੀਂ ਹੈਗਾ ਕੋਈ ਖਾਲਸਤਾਨੀ ਨਹੀਂ ਹੈਗਾ ਇਹ ਇੱਕ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨਨੀ ਸੰਘਰਸ਼ ਆ ਇਹ ਸਿਰਫ ਸੰਘਰਸ਼ ਨੂੰ ਸੰਘੇ ਖੜਾਉਣ ਦੀ ਖਾਤਰ ਖਦੇੜਣ ਦੀ ਖਾਤਰ ਗਵਰਨਮੈਂਟ ਆਪਦੀਆਂ ਮੋਦੀ ਆਪਦੀਆਂ ਪੁੱਠੀਆਂ ਚਾਲਾਂ ਚੱਲ ਰਿਹਾ ਕਦੇ ਸਾਨੂੰ ਖੜਕੂ ਦੱਸਦਾ ਕਦੇ ਸਾਨੂੰ ਕੀ ਦੱਸਦਾ ਕਦੇ ਨੈਕਸਟ ਈਅਰ ਦੱਸਦਾ ਇਹ ਸਿਰਫ ਇੱਕ ਉਹਦਾ ਇਹ ਆ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਆ ਦੂਰ ਕੀਤਾ ਜਾਵੇ ਬਾਕੀ ਮੈਂ ਜਿਹੜੇ ਉੱਥੇ ਸਾਡੀਆਂ 31 ਦੀਆਂ 31 ਜਥੇਬੰਦੀਆਂ ਬੈਠੀਆਂ ਨੇ ਸਾਡੇ ਜਿੰਨੇ ਉੱਥੇ ਵੀਰ ਬੈਠੇ ਆ ਲੱਖ ਸਿਧਾਣਾ ਬੈਠਾ ਦੀਪ ਸਿੱਧੂ ਬੈਠਾ ਜੋ ਵੀ ਕਲਾਕਾਰ ਉੱਥੇ ਬੈਠਿਆ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਹੁਣ ਤੁਸੀਂ ਬਹੁਤ ਨੇੜੇ ਗਏ ਹੋਏ ਹੋ ਤੇ ਹੁਣ ਇਹ ਆਪਣਾ ਕੰਮ ਸਿਰੇ ਲਾ ਕੇ ਆਉਣਾ ਹੈ ਮੰ ਲੋ ਜੇ ਗਵਰਨਮੈਂਟ ਕਾਲੇ ਕਾਨੂੰਨ ਵਾਪਸ ਨਹੀਂ ਲੇਦੀ ਜਿਸ ਤਰ੍ਹਾਂ ਤੁਸੀਂ ਬੋਲੇ ਕਾਲੇ ਕਾਨੂੰਨ ਆ ਜੀ ਕਾਲੇ ਕਾਨੂੰਨ ਆ ਗਵਰਨਮੈਂਟ ਕੰਦੀ ਵੀ ਅਸੀਂ ਵਾਪਸ ਨਹੀਂ ਲਾਵਾਂਗੇ ਤੁਹਾਡੀ ਕੀ ਅੱਗੇ ਕੀ ਹੋਏਗਾ ਇਹ ਫਿਰ ਮੂਰੇ ਬੈਠਿਆ ਜੀ 31 ਜਥੇਬੰਦੀਆਂ ਸਾਡੀਆਂ ਬੈਠੀਆਂ ਨੇ ਕਿਸਾਨ ਬੈਠੇ ਆ ਜਿਹੜੇ ਹਿਸਾਬ ਨਾਲ ਕਿਸਾਨ ਫੈਸਲਾ ਲੈਣਗੇ ਅਸੀਂ ਕਿਸਾਨਾਂ ਦੇ ਨਾਲ ਆ ਜੀ ਓਕੇ ਥੈਂਕ ਯੂ ਹਾਂ ਜੀ ਸਰ ਤੁਸੀਂ ਵੀ ਨਾਲ ਚੱਲਿਓ ਕੀ ਕਹਿਣਾ ਚਾਹੁੰਦੇ ਆ ਗਵਰਨਮੈਂਟ ਨੂੰ ਜਿਸ ਤਰ੍ਹਾਂ ਗਵਰਨਮੈਂਟ ਅੜੀ ਹੋਈ ਆ ਕਾਨੂੰਨਾਂ ਲੈ ਕੇ ਉਹ ਕਹਿੰਦੇ ਵੀ ਅਸੀਂ ਵਾਪਸ ਨਹੀਂ ਕਰਨੇ ਜਿਸ ਤਰ੍ਹਾਂ ਸਾਡੇ ਜਥੇਬੰਦੀਆਂ ਦੇ ਆਗੂ ਸੰਘਰਸ਼ ਲੜ ਰਹੇ ਆ ਅਸੀਂ ਉਹਨਾਂ ਦੇ ਨਾਲ ਸਹਿਮਤ ਆ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਦਿੱਲੀੋਂ ਵਾਪਸ ਨਹੀਂ ਆਵਾਂਗੇ ਤੁਸੀਂ ਕਹਿੰਦੇ ਕਾਨੂੰਨ ਰੱਦ ਨਹੀਂ ਕਰਦੇ ਪਰ ਗਵਰਨਮੈਂਟ ਤਾਂ ਬੋਰੀ ਹੈ ਕਾਨੂੰਨਾਂ ਦੇ ਹੱਕ ਵਿੱਚ ਕਿਸਾਨਾਂ ਦੇ ਸਾਡੇ ਹੱਕ ਵਿੱਚ ਹੈ ਨਹੀਂ ਇਸੇ ਕਰਕੇ ਜਦ ਸਾਨੂੰ ਲੋੜ ਨਹੀਂ ਅਸੀਂ ਰੱਜੇ ਹੋਏ ਆਂ ਰੋਟੀ ਦੀ ਲੋੜ ਨਹੀਂ ਸਾਡੇ ਮੂੰਹ 'ਚ ਬੁਰਕੀਆਂ ਕਿਉਂ ਪਾਈਆਂ ਜਾਂਦੀਆਂ ਸਾਨੂੰ ਉਹ ਕਾਨੂੰਨ ਦੀ ਲੋੜ ਨਹੀਂ ਸਾਡੇ ਤੇ ਕਿਉਂ ਥੋਪਿਆ ਜਾ ਰਿਹਾ ਸਾਨੂੰ ਨਫੇ ਨੁਕਸਾਨ ਦਾ ਪਤਾ ਸਾਡਾ ਨਫਾ ਹੈ ਕਿ ਸਾਡਾ ਨੁਕਸਾਨ ਹੈ ਇਹਦੇ 'ਚ ਸਾਡੇ ਜਥੇਬੰਦੀਆਂ ਇਸੇ ਕਰਕੇ ਸੰਘਰਸ਼ ਕਰ ਰਹੀਆਂ ਲੜ ਰਹੀਆਂ ਸਾਡੇ ਕਿੰਨੇ ਵੀਰ ਉੱਥੇ ਬੈਠੇ ਆ ਕਿੰਨੇ ਦਿਨਾਂ ਤੋਂ ਬੈਠੇ ਆ ਇਹ ਮੋਦੀ ਸਰਕਾਰ ਦੇ ਕੰਨਾਂ ਤੋਂ ਜੂਨ ਹੀ ਸਰਕਦੀ ਹੈ ਅਸੀਂ ਮੋਦੀ ਸਰਕਾਰ ਤੋਂ ਕਾਨੂੰਨ ਵਾਪਸ ਰੱਦ ਕਰਾ ਕੇ ਵਾਪਸ ਆਵਾਂਗੇ ਹੁਣ ਆਮ ਤੌਰ ਤੇ ਆਪਣੇ ਜਵਾਨ ਵੀ ਪਹੁੰਚ ਰਹੇ ਆ ਜੋ ਰਿਟਾਇਰਮੈਂਟ ਫੌਜੀ ਵੀ ਜਾ ਰਹੇ ਆ ਤਕਰੀਬਨ ਵਪਾਰੀ ਵੀ ਜਾ ਰਿਹਾ ਵਾ ਗਰੀਬ ਮਜ਼ਦੂਰ ਬੰਦਾ ਵੀ ਉੱਥੇ ਬੈਠਾ ਵਾ ਹਰਿਆਣਾ ਬੈਠਾ ਉੱਥੇ ਇੱਕ ਚੀਜ਼ ਦੇਖਣ ਨੂੰ ਮਿਲਿਆ ਕਿ ਮਤ ਭੇਦ ਜੋ ਪਹਿਲਾਂ ਸਿੱਖ Hindu ਜਾਂ ਮੁਸਲਮਾਨ ਕਹਿ ਕੇ ਪਾਇਆ ਜਾਂਦਾ ਸੀ ਅੱਜ ਉੱਥੇ ਉਹ ਚੀਜ਼ ਇੱਕ ਕਲੀਅਰ ਹੋ ਗਿਆ ਕਿ ਸਭ ਏਕਾ ਹੋ ਗਿਆ ਉਹਨਾਂ ਦਾ ਉਸ ਚੀਜ਼ ਬਾਰੇ ਕੀ ਕਹਿਣਾ ਚਾਹੋਣੇ ਤੁਸੀਂ ਅਸੀਂ ਬਿਲਕੁਲ ਇਸ ਗੱਲੋਂ ਅਸੀਂ ਮੋਦੀ ਦਾ ਧੰਨਵਾਦ ਵੀ ਕਰਦੇ ਹਾਂ ਇਹਨਾਂ ਨੂੰ ਸਾਨੂੰ ਟੁੱਟਿਆ ਹੋਇਆਂ ਨੂੰ ਜੋੜਤਾ ਅਸੀਂ ਸਾਰੇ ਇੱਕ ਹੋ ਗਏ ਹਾਂ ਇਹਦੇ ਸੇ ਸਾਡੇ ਵਿੱਚ ਪੰਪਲ ਪੂਸੇ ਸਾਨੂੰ ਪਾਇਆ ਹੋਇਆ ਸੀ ਕੋਈ ਮੁਸਲਮਾਨ ਕੋਈ Hindu ਕੋਈ ਕ੍ਰਿਸਚਨ ਕੋਈ ਕੋਸ਼ਾ ਅਸੀਂ ਹੁਣ ਸਾਰੇ ਇੱਕ ਹੋ ਗਏ ਹਾਂ ਹੁਣ ਸਾਨੂੰ ਇਹਨਾਂ ਦੀ ਚਾਲਾਂ ਦੀ ਸਮਝ ਆਈ ਆ ਇਹਨਾਂ ਦੀਆਂ ਚਾਲਾਂ ਅਸੀਂ ਨਹੀਂ ਚੱਲਣ ਦੇ ਆਗੇ ਆਪਾਂ ਦੇਖ ਰਹੇ ਆ ਜੀ ਕਿਸ ਤਰ੍ਹਾਂ ਨੌਜਵਾਨ ਵੀ ਪੂਰੇ ਉਤਸ਼ਾਹ ਦੇ ਵਿੱਚ ਜਾ ਰਹੇ ਨੇ ਦਿੱਲੀ ਵੱਲ ਉਹ ਕਹਿੰਦੇ ਵੀ ਅਸੀਂ ਜਿਸ ਤਰ੍ਹਾਂ ਉਹ ਕਾਲੇ ਕਾਨੂੰਨ ਲੈ ਕੇ ਆਈ ਹੈ ਸਰਕਾਰ ਅਸੀਂ ਉਹਨਾਂ ਨੂੰ ਵਾਪਸ ਕਰਾ ਕੇ ਮੁੜਾਂਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀਰ ਟਰੈਕਟਰ ਦੇ ਉੱਤੇ ਬੈਠੇ ਨੇ ਹਾਂਜੀ ਵੀਰ ਜੀ ਤੁਸੀਂ ਦਿੱਲੀ ਵੱਲ ਚੱਲੇ ਹੋ ਹਾਂਜੀ ਦਿੱਲੀ ਚੱਲੇ ਆਈਏ ਉੱਥੇ ਬੋਲੋ ਨਾ ਦਿੱਲੀ ਚੱਲੇ ਆਏ ਪਹਿਲਾਂ ਵੀ ਜਾ ਕੇ ਆਏ ਦੋ ਵਾਰ ਆਪਣੇ ਪਿੰਡੋਂ ਬਹੁਤ ਭਰਾ ਪਹਿਲਾਂ ਗਏ ਆ ਹਣ ਉਹ ਉੱਥੇ ਆ ਉਹਨਾਂ ਦੇ ਮਗਰ ਚੱਲੇ ਆ। ਪਹਿਲਾਂ ਵੀ ਉੱਥੋਂ ਆਏ ਆ। ਹੁਣ ਸਾਰਾ ਰਾਸ਼ਨ ਪਾਣੀ ਪਿੰਡ ਦੇ ਸੰਯੋਗ ਨਾਲ ਬਾਕੀ ਜਿੰਨੇ ਭਰਾ ਬਜ਼ੁਰਗ ਵੀਰ ਸਾਰਿਆਂ ਦੇ ਸੰਯੋਗ ਨਾਲ ਚੱਲੇ ਆਂ ਜੀ ਅੱਜ। ਆਪਣੀ ਮਰਜ਼ੀ ਨਾਲ ਚੱਲਦੇ ਆ ਜਾਂ ਵੀ ਘਰ ਜਾਂਦਾ ਕੋਈ ਡਰਤ ਨਹੀਂ। ਕੋਈ ਡਰ ਨਹੀਂ ਘਰ ਦੇ ਨਾਲ ਚੱਲੇ ਆ ਜੀ। ਘਰ ਦੇ ਨਾਲ ਸੰਯੋਗ ਆ ਪੂਰਾ ਚਾਚੇ ਤਾਇਿਆਂ ਦਾ ਸਾਰਿਆਂ ਦਾ ਜੀ। ਹਮ ਆਪਣਾ ਭਰਾ ਇੱਕ ਪਿੰਡ ਤੋਂ ਸ਼ੁਰੂ ਤੋਂ ਹੀ ਗਿਆ ਹੋਇਆ ਸੁਖੀ ਜੀ। ਸਾਰੇ ਪਿੰਡ ਨੂੰ ਪਤਾ ਜੀ ਹਲੇ ਵੀ ਉੱਥੇ ਹੀ ਆ ਉਹ। ਉਹਦੇ ਕੋਲ ਹੀ ਚੱਲੇ ਆ ਸਾਰਾ ਰਾਸ਼ਨ ਪਾਣੀ ਲੈ ਕੇ ਪਿੰਡ ਦੇ ਆਂਦਾ ਇਕੱਠਾ ਕੀਤਾ ਜੀ। ਚੱਲੇ ਆ ਬੋਲੇ ਸੋਨੇ ਹਾਲ ਆ। ਸਾਰਾ ਕੁ ਫਤਿਹ ਕਰਕੇ ਆਵਾਂਗੇ। ਸ਼ਾਤਸ਼ੀਆ ਗਾਲ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਆਰਜੀ 24 ਨਿਊਜ਼ ਨੂੰ YouTube Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਦੇਖਦੇ ਰਹੋ ਆਰਜੀ 24 ਨਿਊਜ਼ ਧੰਨਵਾਦ